जी नाज़रीन, नेशनल न्यूज़ नामा की टीम हरी सिंह में मौजूद हैं, जहां कम सिंह बच्ची से ज़बरदस्ती इस्लाम कबूल किया गया और उनकी वालदा और वालद से जानेंगे। जी सर, की नाम की ताड़ा? मेरा नाम सेल। सेल साहब, ताड़ी बेटी दी किन्नी उम्र सी? 10 साल 2 माह। ते ओदा सर्टिफिकेट कोई मौजूद है, कागज, सरकारी कागज मौजूद है? जी नाज़रीन, ये देखें बर्थ सर्टिफिकेट, जिससे जिसकी उसकी उम्र अभी वो बालक भी नहीं हुई। अच्छा सर, पुलिस ने ताड़ी मदद हेल्प की थी कोई? कोई भी नहीं, असीं जांदे रहे हैं जी, अज दिन जी, कल दिन जी, अज दिन ला रहे जी, कर कर के चोना बयान दवा के उधर ले ते सानू तो फर्क देता सी, कचहरियां जो रोंदे कलांदे ते असीं वापस आ, साडी उत्ते किसी ने सुनी नहीं है। असीं बड़ियां लोकां दीआं मिंटां कीतीआं, उन्हां कहा जी ताडी कुड़ी तेरे बयान देगी, पता नहीं प्रैशर दे ते ना बयान देगी, साडी नहीं सुनी गई। असीं दोवें जी रोंदे आ, चुक के नहीं पाउंदे, डरदे आ, चुक के असीं लाउंदे आ, जज साहब दे जां सामने जांदे सां, लेकिन उत्ते सानू उन्हां ने कहा जी सलाम कबूल करता शामिल किया गया जी। सुबह शौकत शाह जी रहमान भी चोरी सड़ तो की, सानू पता लगा लांबे भी अभी मदद करना, बेटी चाहिए, पता है पाकिस्तान 18 साल की बची ਦੀ ਬੱਚੇ ਦੀ ਤੇ ਬੱਚੇ ਦੀ ਉਮਰ ਹੋਵੇ ਹਾਂਜੀ ਤੇ ਉਹਦਾ ਨਿਕਾਹ ਹੁੰਦਾ ਹੈ ਹਾਂਜੀ ਇਹ ਨਿਕਾਹ ਤੁਹਾਡੇ ਖਿਆਲ ਦੇ ਮੁਤਾਬਕ ਸਹੀ ਨਹੀਂ ਹੋਇਆ ਨਹੀਂ ਹੁਣ ਤੁਸੀਂ ਚੈਨਲ ਦੇ ਹਵਾਲੇ ਦੇ ਨਾਲ ਜੀ ਕੀ ਅਪੀਲ ਕਰਨਾ ਚਾਹੁੰਦੇ ਹੋ ਅਸੀਂ ਕਹਿੰਦੇ ਜੀ ਸਾਡੀ ਬੇਟੀ ਸਾਡੇ ਵਾਪਸ ਆਏ ਉਹਦਾ ਨਿਕਾਹ ਨਹੀਂ ਉਹਦੀ ਉਮਰ ਬਹੁਤ ਥੋੜੀ ਆ ਉਹਦੇ ਨਾਲ ਜੋ ਵੀ ਕੀਤਾ ਗਿਆ ਜਨਾਹ ਕੀਤਾ ਗਿਆ ਜੋ ਵੀ ਕੀਤਾ ਗਿਆ ਹੋਣ ਲਿਆ ਵਾ ਸਾਡੀ ਬੇਟੀ ਸਾਨੂੰ ਵਾਪਸ ਕੀਤੀ ਜਾਵੇ ਪਹਿਲੇ ਤੁਹਾਡੀ ਬੇਟੀ ਨੂੰ ਅਗਵਾ ਕੀਤਾ ਗਿਆ ਹਾਂਜੀ ਤੇ ਕਿੰਨਾ ਅਰਸਾ ਹੋ ਗਿਆ ਇਸ ਗੱਲ ਦਾ ਅਰਸਾ ਹੋ ਗਿਆ ਜੀ ਕੱਲ 10 ਤਰੀਕ ਨੂੰ ਮਹੀਨਾ ਹੋ ਜਾਣਾ 11 ਤਰੀਕ ਨੂੰ ਮਹੀਨਾ ਹੋ ਜਾਣਾ 10 ਦੀ ਰਾਤ ਨੂੰ ਗਵਾ ਕੀਤਾ ਗਿਆ ਨਾਜ਼ਰੀਨ ਇਹ ਦੇਖੇ ਇਹ ਬੇਟੀ ਕੀ ਵਾਲਦਾ ਹੈ ਪਰੇਸ਼ਾਨੀ ਕੀ ਹਾਲਤ ਮੇਂ ਬਹੁਤ ਬਿਮਾਰ ਹੋ ਗਈ ਹੈ ਔਰ ਖੁਦਾ ਸੇ ਦੁਆ ਹੈ ਔਰ ਮੈਂ ਰਿਕੁਐਸਟ ਕਰਤਾ ਹੂੰ ਇਸ ਚੈਨਲ ਕੇ ਹਵਾਲੇ ਸੇ ਇਨ ਮਾਂ ਬਾਪ ਕੇ ਲੀਏ ਦੁਆ ਵੀ ਕਰੇਂ ਔਰ ਕਾਨੂੰਨੀ ਜੁਸਤਜੂ ਵੀ ਕਰੇਂ ਅਨੀਤਾ ਜੀ ਫਿਰ ਬਣੀ ਆ ਸਾਨੂੰ ਨਾ ਸਾਡੀ ਬੇਟੀ ਲੈ ਕੇ ਦਿੱਤੀ ਜਾਏ ਸਾਡੀ ਗੁਜ਼ਾਰਿਸ਼ ਇਹ ਆ ਅਸੀਂ ਬਹੁਤ ਰੋਏ ਆ ਬਹੁਤ ਕਲਪੇ ਆ ਲੇਕਿਨ ਸਾਡੀ ਨਹੀਂ ਸੁਣੀ ਗਈ ਕਿਤੇ ਵੀ ਮਿਹਰਬਾਨੀ ਆ ਵੇਖੋ ਵੀ ਮਾਂ ਦੀ ਕਿਵੇਂ ਰੋ ਕਰ ਲਾ ਕੇ ਕਿਵੇਂ ਆ ਕੀ ਹਾਰੇ ਪਾਏ ਲੋਕਾਂ ਅੱਗੇ ਵੀ ਲੇਕਿਨ ਸਾਡੀ ਨਹੀਂ ਜੇ ਸੁਣੀ ਗਈ ਕਿਤੇ ਵੀ ਨਾਜ਼ਰੀਨ ਦੇਖੋ ਸਿਓ ਕੇ ਸਾਥ ਇੱਕ ਔਰ ਜ਼ੁਲਮ ਐਸਾ ਜ਼ੁਲਮ ਹਰ ਰੋਜ਼ ਹਮ ਦੇਖਤੇ ਹੈ ਜੋ ਬਰਦਾਸ਼ਤ ਨਹੀਂ ਹੋਤਾ